ਆਜ਼ਾਦੀ ਕਾ ਅਮ੍ਰਿਤ ਮਹੋਤਸਵ ਨੂੰ ਸਮਰਪਿਤ ਆਜ਼ਾਦੀ ਕਾ ਸਫਰ ਤਹਿਤ ਅਸੀਂ ਭਾਰਤ ਦੀ ਆਜ਼ਾਦੀ ਵਿੱਚ ਯੋਗਦਾਨ ਪਾਉਣ ਵਾਲੇ ਵਕਫ ਵਕ ਮੰਨੇ ਪ੍ਰਮੰਨੇ ਤੇ ਗੁਮਨਾਮ ਆਜ਼ਾਦੀ ਸੰਗਰਾਮੀਆਂ ਦੇ ਜੀਵਨ ਦੇ ਪਹਿਲੂਆਂ ਤੋਂ ਤੁਹਾਨੂੰ ਜਾਣੂ ਕਰਵਾਉਂਦੇ ਹਾਂ ਇਸ ਤੋਂ ਇਲਾਵਾ ਆਜ਼ਾਦੀ ਦੇ ਸੰਘਰਸ਼ ਨਾਲ ਜੁੜੀਆਂ ਹੋਰ ਗਤੀਵਿਧੀਆਂ ਦੇ ਬਾਰੇ ਵਿੱਚ ਵੀ ਦੱਸਦੇ ਹਾਂ ਅੱਜ ਦੀ ਕੜੀ ਵਿੱਚ ਅਸੀਂ ਤੁਹਾਨੂੰ ਸ਼ਹੀਦ ਸ਼ਕਤੀਦਾਨ ਮੋਤੀ ਲਾਲ ਨਹਿਰੂ ਪ੍ਰਸਿੱਧ ਵਕੀਲ ਅਤੇ ਆਜ਼ਾਦੀ ਕੁਲਾਟੀਏ ਪੁੱਲਾ ਭਾਈ ਦੇਸਾਈ ਦੇ ਬਾਰੇ ਵਿੱਚ ਜਾਣਕਾਰੀ ਦੇ ਰਹੇ ਹਾਂ ਅੱਜ ਅਸੀਂ ਸ਼ਹੀਦ ਸ਼ਕਤੀਦਾਨ ਨੂੰ ਯਾਦ ਕਰ ਰਹੇ ਹਾਂ। ਉਹਨਾਂ ਦਾ ਜਨਮ 6 ਮਈ 1824 ਨੂੰ ਜੋਧਪੁਰ ਵਿੱਚ ਹੋਇਆ ਸੀ। ਉਹ ਅਸਬ ਦੀ ਜਾਗੀਰਦਾਰ ਦੇ ਛੋਟੇ ਭਰਾ ਸਨ। ਉਹਨਾਂ 1857 ਵਿੱਚ ਆਜ਼ਾਦੀ ਦੀ ਪਹਿਲੀ ਜੰਗ ਵਿੱਚ ਹਿੱਸਾ ਲਿਆ ਸੀ। ਸ਼ਕਤੀਦਾਨ ਹੋਰ ਫੌਜੀਆਂ ਦੇ ਨਾਲ ਬਰਤਾਨਵੀ ਭਾਰਤੀ ਫੌਜ ਦੇ ਬਗੀ ਸਿਪਾਹੀਆਂ ਵਿੱਚ ਸ਼ਾਮਲ ਹੋ ਗਏ ਸਨ। ਬਾਗਿਆ ਨੇ ਆਵਾ ਵਿੱਚ ਸਤੰਬਰ 1857 ਵਿੱਚ ਅਤੇ ਫਿਰ ਜਨਵਰੀ 1858 ਵਿੱਚ ਬ੍ਰਿਟਾਨਵੀ ਫੌਜਾਂ ਖਿਲਾਫ ਲੜਾਈ ਲੜੀ ਬ੍ਰਿਟਾਨਵੀ ਫੌਜਾਂ ਨੇ ਆਵਾ ਕਿਲੇ ਉਤੇ ਕਬਜ਼ਾ ਕਰ ਲਿਆ ਅਤੇ ਸ਼ਕਤੀਦਾਨ ਨੂੰ ਗ੍ਰਿਫਤਾਰ ਕਰ ਲਿਆ ਨਜ਼ਰਬੰਦੀ ਦੇ ਦੌਰਾਨ ਹੀ ਸ਼ਕਤੀਦਾਨ ਮੌਤ ਹੋ ਗਈ ਅਸੀਂ ਇਸ ਬਹਾਦਰ ਸ਼ਹੀਦ ਨੂੰ ਸਲਾਮ ਕਰਦੇ ਹਾਂ ਅੱਜ ਅਸੀਂ ਮੋਤੀ ਲਾਲ 네ਹਰੂ ਨੂੰ ਯਾਦ ਕਰਦੇ ਹਾਂ ਜਿਨ੍ਹਾਂ ਦਾ ਜਨਮ 6 ਮਈ 1861 ਨੂੰ ਹੋਇਆ ਸੀ ਪੇਸ਼ੇ ਤੋਂ ਵਕੀਲ ਮੋਤੀ ਲਾਲ ਨਹਿਰੂ ਸਮਾਜਿਕ ਕੰਮਾਂ ਵਿੱਚ ਵੀ ਸਰਗਰਮ ਰਹਿੰਦੇ ਸਨ ਉਸ ਨੇ 1907 ਵਿੱਚ ਇਲਾਹਾਬਾਦ ਵਿੱਚ ਹੋਈ ਕਾਂਗਰਸ ਦੀ ਸੂਬਾਈ ਕਨਵੈਨਸ਼ਨ ਵਿੱਚ ਪ੍ਰਧਾਨਗੀ ਕੀਤੀ ਮੋਤੀ ਲਾਲ ਨਹਿਰੂ ਐਨੀ ਬੇਸੈਂਟ ਵੱਲੋਂ 1916 ਵਿੱਚ ਸ਼ੁਰੂ ਕੀਤੀ ਹੋਮ ਰੂਲ ਅੰਦੋਲਨ ਵਿੱਚ ਵੀ ਵੱਧ ਚੜ ਕੇ ਸ਼ਾਮਲ ਹੋਏ ਸਨ ਦੀ ਪਾਇਨੀਅਰ ਅਖਬਾਰ ਨੇ ਉਹਨਾਂ ਨੂੰ ਹੋਮ ਰੂਲ ਬ੍ਰਿਗੇਡੀਅਰ ਜਨਰਲ ਦੀ ਉਪਾਧੀ ਨਾਲ ਸਨਮਾਨਿਤ ਕੀਤਾ ਸੀ ਮੋਤੀ ਲਾਲ 네ਰੂ ਨੇ 1919 ਵਿੱਚ ਇੱਕ ਰੋਜ਼ਾਨਾ ਅਖਬਾਰ ਦਾ ਇੰਡੀਪੈਂਡੈਂਟ ਵੀ ਸ਼ੁਰੂ ਕੀਤਾ ਸੀ। ਮਹਾਤਮਾ ਗਾਂਧੀ ਤੋਂ ਪ੍ਰੇਰਿਤ ਹੋ ਕੇ ਉਨ੍ਹਾਂ ਨੇ ਵਕਾਲਤ ਛੱਡ ਦਿੱਤੀ ਤੇ ਨਾਮ ਮਿਲਵਰਤਨ ਅੰਦੋਲਨ ਵਿੱਚ ਸ਼ਾਮਲ ਹੋ ਗਏ। ਬਾਅਦ ਵਿੱਚ ਮੋਤੀ ਲਾਲ 네ਰੂ ਨੇ ਸੀ.ਆਰ. ਦਾਸ ਨਾਲ ਸਵਰਾਜ ਪਾਰਟੀ ਦਾ ਗਠਨ ਕੀਤਾ। ਇਸ ਨੂੰ ਕਾਂਗਰਸ ਦੇ ਸਿਆਸੀ ਵਿੰਗ ਵਜੋਂ ਦੇਖਿਆ ਜਾਂਦਾ ਸੀ। ਸਾਈਮਨ ਕਮਿਸ਼ਨ ਦੀ ਗਠਨ ਦੀ ਜਵਾਬ ਵਿੱਚ ਮੋਤੀ ਲਾਲ ਨਹਿਰੂ ਨੇ 1928 ਵਿੱਚ ਇੱਕ ਕਮੇਟੀ ਦੀ ਅਗਵਾਈ ਕੀਤੀ ਜਿਸ ਨੇ ਨਹਿਰੂ ਰਿਪੋਰਟ ਤਿਆਰ ਕੀਤੀ ਸੀ 1930 ਵਿੱਚ ਸਿਵਲ ਨਾਫਰਮਾਨੀ ਅੰਦোলন ਦੌਰਾਨ ਉਹਨਾਂ ਨੇ ਆਪਣੇ ਰਿਐਸ਼ ਆਨੰਦ ਪਵਨ ਨੂੰ ਕਾਂਗਰਸ ਪਾਰਟੀ ਦੇ ਮੁੱਖ ਦਫ਼ਤਰ ਵੱਜੋਂ ਵਰਤਨ ਦੀ ਇਜਾਜ਼ਤ ਦੇ ਦਿੱਤੀ ਆਪਣੀ ਖਰਾਬ ਸਿਹਤ ਦੇ ਬਾਵਜੂਦ ਮੋਤੀ ਲਾਲ ਨਹਿਰੂ ਗਾਂਧੀ ਜੀ ਦੇ ਨਮਕ ਸੱਤਿਆਗ੍ਰਹਿ ਦਾ ਸਮਰਥਨ ਕਰਨ ਲਈ ਗੁਜਰਾਤ ਗਏ ਉਹਨਾਂ ਨੂੰ ਕੁਝ ਮਹੀਨਿਆਂ ਲਈ ਜੇਲ੍ਹ ਵਿੱਚ ਰੱਖਿਆ ਗਿਆ ਸੀ ਪਰ ਸਿਹਤ ਖਰਾਬ ਹੋਣ ਕਾਰਨ ਉਹਨਾਂ ਨੂੰ ਰਿਹਾ ਕਰ ਦਿੱਤਾ ਗਿਆ। ਕੁਝ ਮਹੀਨਿਆਂ ਬਾਅਦ 6 ਫਰਵਰੀ 1931 ਨੂੰ ਮੋਤੀ لال 네ਹਰੂ ਦੀ ਮੌਤ ਹੋ ਗਈ। ਅਸੀਂ ਮਹਾਨ ਰਾਸ਼ਟਰਵਾਦੀ ਨੇਤਾ ਮੋਤੀ لال 네ਹਰੂ ਨੂੰ ਸ਼ਰਧਾਂਜਲੀ ਭੇਟ ਕਰਦੇ ਹਾਂ। ਅਸੀਂ ਪ੍ਰਸਿੱਧ ਵਕੀਲ ਅਤੇ ਆਜ਼ਾਦੀ ਕੁਲਾਟੀਏ ਪੁੱਲਾ ਭਾਈ ਦੇਸਾਈ ਨੂੰ ਵੀ ਯਾਦ ਕਰਦੇ ਹਾਂ ਜਿਨ੍ਹਾਂ ਦਾ ਦਿਹਾਂਤ 6 ਮਈ 1946 ਨੂੰ ਹੋਇਆ ਸੀ। ਗੁਜਰਾਤ ਦੇ ਵਲਸਾੜ ਵਿੱਚ ਜਨਮੇ ਪੁੱਲਾ ਭਾਈ ਨੇ ਆਪਣੀ ਪੜ੍ਹਾਈ ਬੰਬਈ ਤੋਂ ਸ਼ੁਰੂ ਕੀਤੀ ਸੀ। ਇੱਕ ਸਫਲ ਵਕੀਲ ਪੁੱਲਾਪਾਈ ਲੋਕਾਂ ਨੂੰ ਸਵਰਾਜ ਬਾਰੇ ਸਿੱਖਿਅਤ ਕਰਨ ਲਈ ਐਨਈ ਬੇਸੈਂਟ ਦੀ 올 ਇੰਡੀਆ ਹੋਮ ਰੂਲ ਲੀਗ ਵਿੱਚ ਸ਼ਾਮਲ ਹੋਏ। ਉਹਨਾਂ ਨੇ 1928 ਵਿੱਚ 바ਰਡੋਲੀ ਸੰਤੈਗ੍ਰਹਿ ਤੋਂ ਬਾਅਦ ਬਰਤਾਨਵੀ ਫੌਜ ਵੱਲੋਂ ਕੀਤੀ ਗਈ ਜਾਂਚ ਦੌਰਾਨ ਗੁਜਰਾਤ ਦੇ ਕਿਸਾਨਾਂ ਦੀ ਨੁਮਾਇੰਦਗੀ ਕੀਤੀ। ਇਸ ਸਮੇਂ ਦੌਰਾਨ ਪੁੱਲਾਪਾਈ ਭਾਰਤੀ ਰਾਸ਼ਟਰੀ ਕਾਂਗਰਸ ਦੇ ਸੰਪਰਕ ਵਿੱਚ ਆ ਗਏ। ਬਾਦ ਵਿੱਚ ਉਹਨਾਂ ਨੇ ਵਿਦੇਸ਼ੀ ਵਸਤੂਆਂ ਦਾ ਬਾਈਕਾਟ ਕਰਨ ਦੇ ਮਕਸਦ ਨਾਲ ਸਵਦੇਸ਼ੀ ਸਭਾ ਬਣਾਈ। ਸਭਾ ਨੂੰ ਗੈਰਕਾਨੂੰਨੀ اعਰਾਰ ਦਿੱਤਾ ਗਿਆ ਅਤੇ ਪੁੱਲਾ ਭਾਈ ਨੂੰ 1932 ਵਿੱਚ ਗ੍ਰਿਫਤਾਰ ਕਰ ਲਿਆ ਗਿਆ। ਨਵੰਬਰ 1934 ਵਿੱਚ ਉਹ ਗੁਜਰਾਤ ਤੋਂ ਸੈਂਟਰਲ ਅਸੈਂਬਲੀ ਲਈ ਚੁਣੇ ਗਏ ਸਨ। ਭਾਰਤ ਛੱਡੋ ਅੰਦੋਲਨ ਦੌਰਾਨ ਜਦੋਂ ਜ਼ਿਆਦਾਤਰ ਕਾਂਗਰਸੀ ਆਗੂ ਜੇਲ੍ਹ ਵਿੱਚ ਸਨ, ਪੁੱਲਾ ਭਾਈ ਨੇ ਮੁਸਲਿਮ ਲੀਗ ਦੇ ਆਗੂ ਲਿਆਕਤ ਅਲੀ ਨਾਲ ਦੇਸਾਈ ਲਿਆਕਤ ਸਮਝੌਤਾ ਕੀਤਾ। ਪਰ ਇਹ ਸਮਝੌਤਾ ਅਸਫਲ ਰਿਹਾ। ਜੋ ਇੰਡੀਅਨ ਨੈਸ਼ਨਲ ਆਰਮੀ ਦੇ ਫੜੇ ਗਏ ਫੌਜੀਆ ਸ਼ਹਨਵаз ਖਾਨ, ਪ੍ਰੇਮ ਕੁਮਾਰ ਸੈਗਲ ਅਤੇ ਗੁਰਬਖਸ਼ ਸਿੰਘ ਢਿੱਲੋਂ ਤੇ ਰਾਸ਼ਟਰੋਧ ਦਾ ਮੁਕਦਮਾ ਚਲਾਇਆ ਗਿਆ ਤਾਂ ਕਾਂਗਰਸ ਨੇ ਪੁੱਲਾਪਾਈ ਦੇਸਾਈ ਸਮੇਤ 17 ਵਕੀਲਾਂ ਦੀ ਇੱਕ ਕਮੇਟੀ ਬਣਾਈ ਪੁੱਲਾਪਾਈ ਬਚਾਅ ਪੱਖ ਦੇ ਮੁੱਖ ਵਕੀਲ ਸਨ ਆਪਣੀ ਖਰਾਬ ਸਿਹਤ ਦੇ ਬਾਵਜੂਦ ਪੁੱਲਾਪਾਈ ਨੇ ਦੋਸ਼ੀ ਫੌਜੀਆ ਦੇ ਬਚਾਅ ਵਿੱਚ ਜ਼ੋਰਦਾਰ ਅਤੇ ਭਾਵੁਕ ਦਲੀਲਾਂ ਦਿੱਤੀਆਂ ਪੁੱਲਾਪਾਈ ਦੇਸਾਈ ਦੀ ਮੌਤ 6 ਮਈ 1940 ਨੂੰ ਹੋਈ ਬੰਬਈ ਵਿੱਚ ਬਣਾਏ ਗਏ ਪੁੱਲਾਪਾਈ ਯਾਦਗਾਰੀ ਸੰਸਥਾਨ ਦੇਸ਼ਤੀ ਪ੍ਰਤੀ ਉਹਨਾਂ ਦੇ ਯੋਗਦਾਨ ਨੂੰ ਯਾਦ ਕਰਦਾ ਹੈ ਅਸੀਂ ਮਹਾਨ ਰਾਸ਼ਟਰੀਵਾਦੀ ਆਗੂ ਪੁੱਲਾਪਾਈ ਦੇਸਾਈ ਨੂੰ ਨਮਨ ਕਰਦੇ ਹਾਂ